ਅਸਲਾਮ ਵਾਲੇਕਮ ਦੋਸਤੋ, ਤੁਸੀਂ ਵੇਖਦੇ ਪਏ ਹੋ ਪਾਕ ਵਤਨ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਦੋਸਤਾਂ ਤੱਕ ਬਆਸਾਨੀ ਪਹੁੰਚ ਸਕੇ। ਤੁਸੀਂ ਉਹ ਵੀਡੀਓ ਵੇਖਦੇ ਰਹੋ ਔਰ ਜਾਨਵਰ ਪਸੰਦ ਕਰਦੇ ਰਹੋ। ਅੱਜ ਦੀ ਵੀਡੀਓ ਦੋਸਤੋ, ਮਾਸ਼ਾਅੱਲਾ ਅੱਜ ਫਿਰ ਇੱਕ ਰੱਬ ਨੇ ਤੋਹਫਾ ਦਿੱਤਾ ਹੈ ਦੋਸਤਾਂ ਦਾ, ਇਨਸ਼ਾਅੱਲਾ ਤਾਲਾ ਰੂਹ ਖੁਸ਼ ਕਰਨ ਵਾਲਾ ਹੈ। ਮੱਝ ਮਾਸ਼ਾਅੱਲਾ ਬੜੀ ਨਸਲੀ ਜਾਤੀ, ਬੜੀ ਨਾਮੀ ਨੇਟ, ਪਿਓਰ ਨੀਲੀ ਦਾ ਨਗੀਨਾ ਹੈ ਦੋਸਤਾਂ ਦੀ ਖਿਦਮਤ ਤੇ ਜਾਜ਼ਰ ਹੈ। ਕੈਮਰਾ ਮੈਂ ਨਜ਼ਰ ਗਵਾਉਂਦਾ ਪਿਆ ਹੈ, ਮਾਸ਼ਾਅੱਲਾ ਨਹੀਂ ਤੱਕਾ ਹੋਣਾ ਦੋਸਤਾਂ ਨੇ ਏਡਾ ਹਵਾਨਾ, ਮਾਸ਼ਾਅੱਲਾ ਪੰਡਾਂ ਦਾ ਗਿੱਠ ਗਿੱਠ ਆਖਦੇ ਸੇ ਨਹੀਂ ਨਿਕਲੀ, ਮਾਸ਼ਾਅੱਲਾ ਫੁੱਟ ਫੁੱਟ ਪਿੱਛੇ ਨਿਕਲੀ ਵਾਂਦੀ ਹੈ। ਔਰ ਹਵਾਨੇ ਦੀ ਚੁੜਾਈ ਵੇਖਣੀ ਹੈ, ਫੁੱਟ ਤੋਂ ਜ਼ਿਆਦਾ ਚੁੜਾਈ ਹੈ। ਔਰ ਅਲਹਮਦੁਲਿਲਾ ਮਾਸ਼ਾਅੱਲਾ ਜਿਵੇਂ ਚੁੜਾਈ ਉੱਤੋਂ ਬੰਨੀ ਗਈ ਹਵਾਨੇ ਦੀ, ਉਸੇ ਤਰ੍ਹਾਂ ਨਾਲ ਮਾਸ਼ਾਅੱਲਾ ਐਂ ਖੇੜੀ ਤਰ੍ਹਾਂ ਆ ਰਹੀ ਹੈ ਹਵਾਨਾ। ਮਾਸ਼ਾਅੱਲਾ ਨੀਲੀ ਦੇ ਜੈਨਵਨ ਬਟਨ ਵੀ ਲੱਗੇ ਹੋਏ ਨੇ ਹਵਾਨੇ ਤੇ, ਵਾਜ਼ੇ ਦਿਸ ਰਹੇ ਨੇ, ਸੂਹ ਦਾ ਡੋਡਾ ਚੱਕੀ ਬੰਦੀ ਹੈ। ਇਹ ਗੱਲ ਨਹੀਂ ਕਿ ਪਿਛਾਂ ਪਿਛਾਂ ਚੱਡਾ ਹੋਵੇ, ਅਗਾੜੀ ਤੋਂ ਅਗਾਂ ਦੁੰਨੀ ਤੱਕ ਹੈ, ਪਿਛਾੜੀ ਤੋਂ ਪਿਛਾਂ ਸੂਹ ਤੱਕ ਹੈ ਮਾਸ਼ਾਅੱਲਾ। ਔਰ ਪਿਛਲਾ ਚੌਕਟਾ ਮੱਝ ਦਾ ਵੇਖਣਾ ਹੈ, ਸਿੰਗਲ ਅੱਡੀ ਦਾ ਮਾਸ਼ਾਅੱਲਾ, ਚਾਰ ਪਾਈ ਜਿੰਨਾ ਚੌਕਟਾ ਪਿਛਲਾ ਚੌੜਾ, ਮਾਸ਼ਾਅੱਲਾ ਪੁੱਠਾ ਪਰਾਤ ਜਿੱਡਾ ਚੌੜਾ, ਸਿੰਗਲ ਅੱਡੀ ਡਾਕਾਂ ਵੇਖਣੀਆਂ ਨੇ ਕਿੱਡੀਆਂ ਚੱਕੀਆਂ ਹੋਈਆਂ ਮਾਸ਼ਾਅੱਲਾ। ਅਤੇ ਹਵਾਨੇ ਵੀ ਤਾਂ ਦੋਸਤੋ ਬਸ ਬਸ ਹੋਈ ਹੈ, ਇਸ ਤੋਂ ਅੱਗੇ ਹਵਾਨੇ ਦੀ ਗੱਲ ਖਤਮ ਹੈ। ਇਹ ਸਿਆਣੇ ਦੋਸਤ ਜਿਹੜੇ ਸ਼ੌਕੀਨ ਹਜ਼ਰਾਤ ਨੇ ਆਪੇ ਵੇਖ ਲਈ ਸਨ, ਇਸ ਤੋਂ ਬਾਅਦ ਹਵਾਨੇ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਮਾਸ਼ਾਅੱਲਾ 100% ਤੇ ਮੱਝ ਨੇ ਪੂਰਾ ਹਵਾਨਾ 100% ਕੀਤਾ ਹੈ। ਪੂਛਲ ਦਾ ਸਿੱਟਾ ਸਿਰਫ ਸਫੈਦ ਹੈ ਔਰ ਪੂਛਲ ਖੁੱਡੇ 'ਚੋਂ ਨਿਕਲਦਿਆਂ ਸਾਰ ਬਰੀਕ ਹੈ। ਮੱਝ ਬਿਲਕੁਲ ਤਾਜ਼ੀ ਸੂਈ ਹੈ ਦੋਸਤੋ, ਸਾਡੀ ਮੌਜੂਦਗੀ ਦੇ ਵਿੱਚ ਮੱਝ ਨੇ ਮਾਸ਼ਾਅੱਲਾ ਜੇਰ ਪਾਈ ਹੈ ਅਤੇ ਇਹ ਪਹਿਲੀਆਂ ਚੁਵਾਈਆਂ ਦੇ ਵਿੱਚ ਖੜੀ ਹੈ। ਕਿ ਇਹ ਨਹੀਂ ਕਿ ਜਨਾਬ ਟਾਈਮ ਲੱਗਾ ਹੋਇਆ ਹੋਵੇ ਜਾਂ ਡੱਕਾ ਲੱਗਾ ਹੋਇਆ ਹੋਵੇ, ਬੜੇ ਵੱਡੇ ਕਰਦੇ ਨੇ ਮੱਝ ਦੇ। ਮਾਸ਼ਾਅੱਲਾ ਮੱਥੇ ਤੋਂ ਉੱਚੇ ਔਰ ਮੁੱਠ ਮੁੱਠ ਦਾ ਥਾਣ ਹੈ, ਗਿੱਠ ਗਿੱਠ ਦੀ ਵਿਰਲ ਹੈ, ਚਵਾਂ ਸਾਈਡਾਂ ਤੋਂ ਬਿਲਕੁਲ ਬਰਾਬਰ ਵਿਰਲਾਂ ਨੇ ਔਰ ਥਣ ਮਾਸ਼ਾਅੱਲਾ ਪੂਰੀ ਮੁੱਠ ਦਾ ਔਰ ਰੁਗ ਰੁਗ ਦਾ ਮੋਟਾ। ਮਾਸ਼ਾਅੱਲਾ ਕਿਆ ਬਾਤ ਹੈ, ਖੁੱਚਾਂ ਤੀਰ ਸਿੱਧੀਆਂ ਪੱਧਰੀਆਂ, ਪੱਟ ਮਾਸ਼ਾਅੱਲਾ ਚੰਗੇ ਸੋਹਣੇ, ਕੰਢ ਤੀਰ ਸਿੱਧੀ ਪੱਧਰੀ ਔਰ ਮੱਝ ਦਾ ਕੱਦ ਦੋਸਤੋ ਮੱਥੇ ਤੋਂ ਉੱਚਾ ਹੈ। ਮਾਸ਼ਾਅੱਲਾ ਵੱਖੀ ਛੋਟੀ, ਮੋਢੇ ਵਿੱਚ ਛੱਪੇ ਹੋਏ ਪੈਰ, ਮਾਸ਼ਾਅੱਲਾ ਮਜ਼ਬੂਤ ਜੈਨਵਨ ਘਸੇ ਹੋਏ, ਨਾ ਕੋਈ ਕੋੜੀ ਦਾ ਨਿਸ਼ਾਨ, ਨਾ ਦੁੰਨੀ ਦਾ। ਮਾਸ਼ਾਅੱਲਾ ਵਲੈਤ ਤੁਹਾਡੀ ਮੱਝ ਲੰਮੀ ਹੈ, ਬਿਲਕੁਲ ਤਾਜ਼ੀ ਸੂਈ ਹੋਈ ਹੈ ਮੇਰੇ ਖਿਆਲ ਹੈ। ਦਿੱਤੀ ਵੀ ਮੱਝ ਨੇ ਕੱਟੀ ਹੈ, ਕੱਟੀ ਮਾਸ਼ਾਅੱਲਾ ਬੜੀ ਖੂਬਸੂਰਤ ਹੈ, ਕੈਮਰਾਮੈਨ ਉਹਨੂੰ ਨਜ਼ਰ ਗਵਾ ਸੀ। ਸਿੰਘ ਮਾਸ਼ਾਅੱਲਾ ਮੱਝ ਨੇ ਲਾਏ ਹੋਏ ਨੇ, ਬਿਲਕੁਲ ਨਿੱਕੀ ਨਿੱਕੀ ਸਿੰਘੀ ਲਾਈ ਹੋਈ ਹੈ, ਹਲਕੇ ਜਿਹੇ ਛਿੱਕੇ ਸੁ ਸਿੰਘ, ਕੰਨ ਛਿੱਕਿਆਂ ਵਰਗੇ ਨੇ, ਕੰਨੀ ਬੜੀ ਪਤਲੀ ਮਾਸ਼ਾਅੱਲਾ, ਛੋਟੀ ਜਿਹੀ ਫੁੱਲੀ ਮੱਝ ਨੂੰ ਕਮਾਲ ਹੋਈ ਹੋਈ ਹੈ, ਬੂਥੀ ਬੜੀ ਸੋਹਣੀ, ਟੋਪਰੀ ਛੋਟੀ ਜਿਹੀ, ਅੱਲਾ ਦੀ ਮਿਹਰਬਾਨੀ ਨਾਲ ਮੱਝ ਮਾਸ਼ਾਅੱਲਾ ਮੇਲੇ ਜਿੱਤਣ ਵਾਲੀ ਹੈ। ਜਿਸ ਪੋਸਟ ਨੇ ਖਿਦਮਤ ਕੀਤੀ, ਸਾਂਭ ਪਾ ਲਈ, ਚੰਗੀ ਖਿਦਮਤ ਕੀਤੀ, ਇਨਸ਼ਾਅੱਲਾ ਤਾਲਾ ਦੁੱਧ ਦਾ ਰਿਕਾਰਡ ਕਾਇਮ ਕਰਨ ਵਾਲੀ ਹੈ, ਜਿਤਨਾ ਇਨਸ਼ਾਅੱਲਾ ਤਾਲਾ ਮਾਨਾ ਮੱਝ ਕੋਲੋਂ, ਮਾਲਕ ਦਾ ਦਿਲ ਹੋਵੇ ਇਸ ਮੱਝ ਕੋਲੋਂ ਜਿਤਨਾ ਦੁੱਧ ਲੰਮਣਾ ਚਾਹੇ, ਇਨਸ਼ਾਅੱਲਾ ਤਾਲਾ ਮੱਝ ਮਾਲਕ ਦਾ ਦਿਲ ਦਾ ਰਾਜ ਪੂਰਾ ਕਰਸੀ। ਬਾਕੀ ਗੱਲਾਂ ਮਾਲਕਾਂ ਕੋਲ ਵੀ ਤਸੱਲੀ ਨਾਲ ਪੁੱਛਦਾ ਹੈ ਔਰ ਗੱਲਬਾਤ ਮਾਲਕ ਨਾਲ ਕਰਕੇ ਟੁਰਦੀ ਫਿਰਦੀ ਵੀ ਵਿਖਾਵਾਂਗੇ ਇਨਸ਼ਾਅੱਲਾ ਤਾਲਾ। ਇੱਥੇ ਬਿਲਕੁਲ ਮੱਝ ਪੂਰੀ ਆਪਣੇ ਲੈਵਲ ਦੀ ਜਗ੍ਹਾ ਤੇ ਖੜੀ ਹੈ, ਚਾਹੇ ਟੁਰਦੀ ਪਈ ਹੋਵੇ ਚਾਹੇ ਖੜੀ ਹੋਵੇ, ਮੱਝ ਕੋਲ ਹਵਾਨਾ ਵੀ ਇੰਨਾ ਕੁ ਹੈ ਕਿ ਇਨਸ਼ਾਅੱਲਾ ਤਾਲਾ ਜਿਹੜੇ ਰਾਜ ਵਿੱਚ ਜਿਹੜੇ ਰੰਗ ਵਿੱਚ ਖੜੀ ਹੋਵੇ ਮੱਝ ਅਲਹਮਦੁਲਿਲਾ
ਬਰੀਕ ਏ ਸੰਭੀ ਹੋਈ ਨਹੀਂ, ਗਰੀਬ ਘਰ ਕੋਲ ਏ, ਮਾੜੇ ਬੰਦੇ ਕੋਲ ਏ ਸੰਭੇ, ਤੇ ਥੱਲੂ ਹੋਰ ਵੀ ਗੱਲਾਂ ਕੋਈ ਹੋਰ ਦੀਆਂ ਹੋਰ ਹੋਵੇਣ, ਮੱਝ ਦੇ ਵਿੱਚ ਸਿਰਫ ਜਾਨ ਜਾਨ ਏ, ਆਡੀਆਂ ਨਜ਼ਰ ਵੀ ਆਉਂਦੀਆਂ ਨੇ, ਇਹ ਇਹਦੀ ਨਸਲ ਦੀ ਮਤਲਬ ਏ, ਇਹ ਥੱਲੂ ਕਮਾਲ ਏ, ਨਸਲ ਦਾ ਰਿਜ਼ਲਟ ਏ, ਠੀਕ ਏ, ਤੇ ਇਹਦੀ ਬਰੀਕਤ ਦਾ ਰਿਜ਼ਲਟ ਏ, ਇਹ ਨੀਲੀ ਹੋਣ ਦਾ ਸਬੂਤ ਏ ਕਿ ਮੱਝ ਦੇ ਵਿੱਚ ਜਾਨ ਹੀ ਜਾਨ ਏ, ਤੇ ਹੱਡੀਆਂ ਦੀ ਮੋਠੇ, ਤੇ ਥੱਲੂ ਮਾਸ਼ਾਅੱਲਾ ਮੱਝ ਕੋਲੋਂ ਹਿਸਾਬ ਕਿਤਾਬ ਜਾ ਕੇ ਚੱਕਿਆ ਹੀ, ਚੱਕ ਕੇ ਟੁਰਿਆ ਹੀ ਨਹੀਂ ਜਾਂਦਾ। ਇੱਥੇ ਦੋਸਤੋ ਹਰ ਚੀਜ਼ ਕੈਮਰੇ ਦੀ ਨਜ਼ਰ ਏ, ਟੁਰਦੀ ਫਿਰਦੀ ਵੀ ਖਾਵਾਂਗੇ, ਕੈਮਰਾਮੈਨ ਕੱਟੀ ਨਹੀਂ ਨਜ਼ਰ ਉਗਾਉਣੀ ਏ, ਮੱਝ ਦਾ ਇੱਕ ਇੱਕ ਅੰਗ, ਇੱਕ ਇੱਕ ਵਾਲ ਬਿਲਕੁਲ ਨੀਲੀ ਦਾ ਹੈ, ਇੱਕ ਵਾਲ ਹੀ ਕ੍ਰਾਸ ਸਿੰਘ ਦਾ ਜਾਂ ਰਾਵੀ ਦਾ ਨਹੀਂ, ਔਰ ਅਲਹਮਦੁਲਿਲਾ ਬਿਲਕੁਲ ਨੀਲੀ ਦੇ ਇਲਾਕੇ 'ਚ ਖੜੀ ਏ। ਅੱਲਾ ਦੇ ਸਾਥ ਨਾਲ ਇਨਸ਼ਾ ਤਾਲਾ ਦੋਸਤਾਂ ਦੀ ਖਿਦਮਤ 'ਚ ਇਸੇ ਤਰ੍ਹਾਂ ਹੀ ਮਿਹਨਤ ਕਰਕੇ ਅੱਛੇ ਤੋਂ ਅੱਛਾ ਜਾਨਵਰ ਔਰ ਅੱਛੇ ਤੋਂ ਅੱਛਾ ਤੋਹਫਾ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਪਿੱਛਾ ਗਣੀਆਂ ਚੋ ਇੱਕ, ਇਹ ਗਣੀਆਂ ਚੋ ਇੱਕ, ਤੇ ਇਹ ਕੋਈ ਜਿਹੜੀਆਂ ਕੋਈ ਹੈ ਨੇ ਗੱਲਾਂ, ਇਹ ਲਸੀਮੇ ਦੀ ਵਜ੍ਹਾ ਤੋਂ ਹੈ ਨੇ, ਮਾਈ ਸਮਝ ਸਾਰੀਆਂ ਲੁੱਕ ਜਾਸਣ। ਕੋਈ ਬਾਤ ਨਹੀਂ ਜੀ, ਜਿਹੜੇ ਦੋਸਤ ਸ਼ੌਕ ਨਾਲ ਲੈਂਦੇ ਨੇ ਉਹ ਖਿਦਮਤ ਇਨਾਂਦੀ ਕਰਦੇ ਨੇ, ਬਾਕੀ ਆਪਣੇ ਇਲਾਕੇ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੈ ਪੱਠੇ ਦੱਠੇ ਦੀ ਕਮੀ ਆਉਂਦੀ ਏ, ਗਰੀਬ ਲੋਕ ਜਿੰਨੇ ਜੋ ਗਏ ਨਿੱਕੋ ਦੇ ਤਰਲਾ ਮਾਰਦੇ ਨੇ, ਬਾਕੀ ਜੀ ਖੁਰਲੀ ਸ਼ਾਇਦ ਕਰਕੇ ਮਾਝ ਬਾਜ਼ਾਰੇ ਟੁਰੋ ਨਾ ਜੀ ਬੱਚਾ ਅੱਗੇ ਲਾ ਕੇ। ਇਹ ਕਿੰਨੀ ਇਹ ਦੇਰ ਹੋ ਗਈ ਸੂਈ ਨੂੰ ਜੀ? ਤਕਰੀਬਨ 2-2.5 ਘੰਟੇ ਹੁੰਦੇ ਪਏ ਜੀ। ਤੇ ਜੇਰ ਕਿੱਥੇ ਜੀ? ਜੇਰ ਆ ਤੁਹਾਡੇ ਸਾਹਮਣੇ ਪਈ ਏ। ਸਾਹਮਣੇ ਪਈ ਏ। ਇਹਦੇ ਵਿੱਚ ਇਹ ਵੀ ਸ਼ੱਕ ਸ਼ੁਬੇ ਵਾਲੀ ਗੱਲ ਕਹਿਣੀ ਕਿ ਮਾਝ ਨੂੰ ਟਾਈਮ ਟੇਬਲ ਵਾਲੀ ਗੱਲ ਏ। ਮਾੜੀ ਨਜ਼ਰ ਪਾਵੇ ਜਿਆ ਦੋਸਤੋ ਸਾਡੀ ਮੌਜੂਦਗੀ, ਜੇਰ ਪਾਈ ਏ ਮਾਝ ਨੇ ਔਰ ਮਾਸ਼ਾਅੱਲਾ ਜੇਰ ਪੂਰੀ ਮੁਕੰਮਲ ਏ। ਹੁਣ ਟੋਰ ਤੇ ਵੀ ਖਾਣੇ ਆ, ਤੁਸੀਂ ਬੱਚਾ ਕੇ ਚਾਹੇ ਚਲੋ ਜੀ ਮਾਝ, ਮਗਰ ਪੂਰੀ ਆਸ। ਆਸਰੇ ਨਾਲ ਟੁਰ ਸੀ ਬੱਚਾ। ਇੱਥੇ ਦੋਸਤੋ ਆ ਟੁਰਦੀ ਫਿਰਦੀ ਨਜ਼ਰ ਮਾਰ ਲਓ, ਮਾਸ਼ਾਅੱਲਾ ਟੁਰੀ ਜਾਂਦੀ ਵੀ ਇਨਸ਼ਾਅੱਲਾ ਤਾਲਾ, ਫੁੱਟ ਫੁੱਟ ਪਿਛਾ ਨਿਕਲੀ ਹੋਈ ਏ। ਕੱਦ ਦਾ ਵੀ ਅੰਦਾਜ਼ਾ ਲਾਉਣਾ ਹੈ ਕਿ ਮੱਥੇ ਤੋਂ ਉੱਚਾ ਕੱਦ ਏ ਮਾਝ ਦਾ, ਬੜੀਆਂ ਲੰਮਾਈਆਂ, ਬੜੇ ਕੱਦ, ਬਿਲਕੁਲ ਨਗੀਨਾ ਨੀਲੀ ਦਾ ਹੈ। ਅੱਛਾ ਬਾਈ ਜਾਨ, ਆਪਣਾ ਨਾਮ ਕੀ ਹੈ ਜੀ? ਮੁਹੰਮਦ ਸ਼ਫੀਕ। ਬਾਈ ਮੁਹੰਮਦ ਸ਼ਫੀਕ, ਇਹ ਮੱਝ ਆਪਣੀ ਘਰ ਦੀ ਹੈ ਕਿ ਵਪਾਰ ਪੁਰ ਦੀ? ਘਰ ਦੀ ਹੈ ਜੀ, ਘਰ ਦੀ। ਲਓ ਜੀ ਮੋੜੋ ਪਿਛਾ ਜੀ। ਠੀਕ ਹੋ ਗਿਆ। ਤੇ ਇਹ ਬੱਚਾ ਕੀ ਦਿੱਤਾ ਸੋ? ਕੱਟੀ ਹੈ ਨਾ? ਕੱਟੀ ਹੈ ਜੀ, ਕੱਟੀ ਥੱਲੇ ਕੱਟੀ ਹੈ। ਸੂਈ ਨੂੰ 2 ਘੰਟੇ ਹੋ ਗਏ, ਚੁਆਈਆਂ ਹਾਲੇ ਨਹੀਂ ਕੀਤੀਆਂ। ਠੀਕ ਹੋ ਗਿਆ। ਇਹਦਾ ਬਾਈ ਜਾਨ ਉਹਨੇ ਦੁੱਧ ਦਾ ਕੀ ਰਿਕਾਰਡ ਰਿਕੂਡ ਹੈ ਤੁਹਾਡੀ ਘਰ ਦੀ? ਪਿਛਲਾ ਸਵਾ ਤੁਸੀਂ 20 ਲੀਟਰ ਦੁੱਧ ਕਰਦੀ ਹੈ ਜੀ। 20 ਲੀਟਰ ਕਰਦੀ ਹੈ? ਹਾਂਜੀ। ਪੱਕੀਆਂ ਗੱਲਾਂ ਨੇ? ਪੱਕੀਆਂ ਪੱਕੀਆਂ। ਠੀਕ। ਅੱਛਾ ਹੁਣ 20 ਲੀਟਰ ਆਪਾਂ ਆਖ ਲਿਆ ਹੈ, ਜੇ ਕੋਈ ਦੋਸਤ ਹੁਣ ਮੌਕੇ ਤੇ ਆ ਜਾਵੇ ਤੇ 20 ਲੀਟਰ ਚੁਮਾਉਣ ਦੇ ਪਾਬੰਦ ਹੈ ਆਪਾਂ? ਬਿਲਕੁਲ ਹੈ। ਦੂਸਰੀ ਗੱਲ ਇਹ ਕਿ ਹਵਾਨੇ ਜੀ ਤੁਸੀਂ ਆਪ ਹੀ ਨਜ਼ਰ ਮਾਰ ਲਓ ਵੀ ਦੁੱਧ ਹੈ ਜਾਂ ਨਹੀਂ ਹੈ। ਹੈ ਹੈ, ਮਾਸ਼ਾਅੱਲਾ ਹੈ, ਸਹੀ ਹੈ। 20 ਲੀਟਰ ਦੀਆਂ ਦੋਸਤੋ ਫੈਮਿਲੀ ਗਾਰੰਟੀਆਂ ਨੇ ਮਾਲਕਾਂ ਦੀਆਂ, ਕਿੱਲੇ ਦੀ ਮੱਝ ਵਪਾਰ ਦੀ ਨਹੀਂ। ਕਿਉਂ ਆਖਦੇ ਨੇ 20 ਲੀਟਰ ਅਸੀਂ ਦਾ ਆਪ ਦੇਖੋ ਨਾ ਚੋਂਦੇ ਰਹੇ ਆ, ਬਸ ਬੈਠੀ ਰਹਿਣ ਦਿਓ ਕੱਟੀ ਜਾਂ ਅਸੀਂ ਲਈ ਆ ਬਾਂਧ ਦਿਓ ਮੱਝ। ਮਾਸ਼ਾਅੱਲਾ। ਅੱਛਾ ਬਾਈ ਜਾਨ ਥੱਲੇ ਕੱਟੀ ਏ ਤੇ ਇਹ ਸੂਆ ਕਿਤਵਾਂ ਸੂਈ ਏ ਜੀ? ਹੁਣ ਤੀਸਰਾ ਜੀ ਹੁਣ ਸੂਈ ਏ। ਤੀਸਰਾ ਹੁਣ ਸੂਈ ਏ? ਹਾਂਜੀ। 2 ਸੂਏ ਅੱਗੇ ਸੂਈ ਏ, ਤੀਸਰਾ ਹੁਣ ਸੂਈ ਏ ਜੀ। ਇਹ 2 ਸੂਏ ਮੈਂ ਆਪ ਖੁਦ ਪੀਤੇ ਨੇ, ਨਹੀਂ ਵੀ ਕੋਈ ਵਪਾਰ ਦੀ ਜਾਂ ਕੋਈ ਐਸੀ ਗੱਲ ਨਹੀਂ। ਠੀਕ ਹੈ, ਦਿੱਤੀ ਵੀ ਮੱਝ ਨੇ ਕੱਟੀ ਏ। ਠੀਕ ਹੈ, ਬੇਸ਼ ਆਵਣ ਦਿਓ ਬੱਚੇ ਤੇ ਮੱਝ ਦਾ ਤੜਾ ਪਾ ਦੇ, ਬੇਸ਼ ਬਾਂਚ ਮੋੜੋ ਨਾ, ਤੈਨੂੰ ਖਲੋਣਾ ਪੋਸੀ ਸ਼ਰੇ। ਆ
ਬੜੇ ਸੋਹਣੇ ਥਾਂ ਲੱਗੇ ਹੋਏ ਨੇ ਮਾਜ ਨੂੰ ਬਿਲਕੁਲ ਚੁਮਾਂ ਸਾਈਡਾਂ ਤੋਂ ਬਰਾਬਰ ਵਿਰਲਾਂ ਬਰਾਬਰ ਥਾਂ ਕਿਸੇ ਸਾਈਡ ਤੇ ਵੱਧ ਨਹੀਂ ਘੱਟ ਨਹੀਂ ਮਾਨਾ ਬਿਲਕੁਲ ਬਰਾਬਰ ਔਰ ਪੰਡਾਂ ਦਾ ਬਾਕੀ ਲੈਣੇ ਦੇਣੇ ਮੁਕੱਦਰ ਹੈ ਨਾਰ ਬੰਦੇ ਦੇ ਮਾਸ਼ਾਅੱਲਾ ਤੇ ਮੁੱਲ ਵੀ ਇਨਸ਼ਾਅੱਲਾ ਤਾਲਾ ਮੁਨਾਸਿਬ ਹੋ ਸਣ ਇਹ ਗਰੀਬਾਂ ਬੰਦਿਆਂ ਕੋਲ ਮੱਝਾਂ ਦੇ ਮੁੱਲ ਵੀ ਗਰੀਬ ਬੰਦੇ ਮੁਨਾਸਿਬ ਮੰਗਦੇ ਨੇ ਐ ਨਹੀਂ ਕਿ ਜਿਹੜੇ ਸਰਦੇ ਪੂਜਦੇ ਉਹਨਾਂ ਨਾਲ ਠੋਕ ਨਾਲ ਆਪਣੀ ਗਰਜ ਨਾਲ ਮਾਝ ਮਾਲ ਵੇਚਣਾ ਹੁੰਦਾ ਹੈ ਅਸੀਂ ਅਲਹਮਦੁਲਿਲਾ ਦੋਸਤਾਂ ਦੀ ਖਿਦਮਤ ਵਾਸਤੇ ਇਸੇ ਤਰ੍ਹਾਂ ਮਿਹਨਤ ਕਰੀ ਦੀ ਹੈ ਕਿ ਮੱਝ ਕਿੱਲੇ ਦੀ ਔਰ ਗਰੀਬ ਲੋਕਾਂ ਕੋਲ ਲੱਭੇ ਨਗੀਨਾ ਤੇ ਇਹ ਬਾਈਜਾਨ ਹੁਣ ਤੀਸਰਾ ਸੁਬਾ ਸੂਈ ਹੈ ਜੀ ਹਾਂ 20 ਲੀਟਰ ਦੀ ਫੈਲਿੰਗ ਗਰੰਟੀ ਹੈ ਜੀ ਬਿਲਕੁਲ ਪਿਛਲੇ ਸੂਬੇ ਮਾਈ ਦਾ 20 ਲੀਟਰ ਚੋਂਦਾ ਰਹੀਆਂ ਜੀ ਚੋਂਦਾ ਰਹੀ ਠੀਕ ਹੋ ਗਿਆ ਕੋਈ ਦੋਸਤ ਮੌਕੇ ਤੇ ਆ ਗਿਆ ਆਪਾਂ ਨੂੰ ਸੁਬਾ ਸ਼ਾਮ ਇਨਸ਼ਾਅੱਲਾ ਦਵਾਈਆਂ ਕਰਾ ਤੇ 20 ਲੀਟਰ ਦੁੱਧ ਪੂਰਾ ਕਰਾਉਣਾ ਬਿਲਕੁਲ ਅਗਰ ਪੂਰਾ ਨਾ ਹੋਇਆ ਤੇ ਫਿਰ ਜਾਂ ਮੁੱਲ ਦੀ ਕਟੌਤੀ ਹੋਣੀ ਹੈ ਤੇ ਜਾਂ ਆਉਣ ਜਾਣ ਦਾ ਕਿਰਾਇਆ ਦੇਣਾ ਪਊਗਾ ਬਿਲਕੁਲ ਜੀ ਦਿਸ਼ਾ ਜ਼ਿੰਮੇਵਾਰ ਹਾਜ਼ਰ ਹੈ ਜ਼ਿੰਮੇਵਾਰ ਹੈ ਹਾਂਜੀ ਬਿਲਕੁਲ ਠੀਕ ਹੈ ਤੇ ਇਹਦਾ ਹੁਣ ਪਿਆਰ ਮੁਹੱਬਤ ਵਾਲਾ ਹੁਕਮ ਸੁਣਾਉਣਾ ਜੀ ਆਪਾਂ ਆਪਾਂ ਮੁਲਾਕ ਤੇ ਸੁਣੀਆਂ ਸੁਣਾਈਆਂ ਤੇ ਨਹੀਂ ਕਰਨੇ ਆਪਾਂ ਹੱਕਲਾ ਵਾਲੀ ਗੱਲ ਤੇ ਮਾਲ ਦਾ ਮੁੱਲ ਮੰਗਣਾ 5,50,000 ਰੁਪਇਆ ਇਹਦਾ ਮੁੱਲ 5,50,000 ਰੁਪਇਆ ਮੁੱਲ ਹੈ ਹਾਂਜੀ ਲੋਕਾਂ ਤਰ੍ਹਾਂ ਪੰਡਾ ਨਹੀਂ ਬਣੀ ਨਹੀਂ ਆਪੋ ਪੰਡਾ ਹਿਸਾਬ ਹੀ ਨਹੀਂ ਅਸਾਂ ਫੇਰ ਵੀ ਭਾਵੇਂ ਨਹੀਂ ਪੰਡਾ ਬਣੀਆਂ ਨਹੀਂ ਸਾਨੂੰ ਦੋਸਤਾਂ ਨਾਲ ਆਪਦੇ ਕਸਟਮਰਾਂ ਨਾਲ ਬੜਾ ਪਿਆਰ ਹੈ ਅਸੀਂ ਫੇਰ ਵੀ 5,50,000 ਵਿੱਚ ਮੁਹੱਬਤ ਕਰਾਉਣੀ ਤੇਰੇ ਕੋਲੋਂ ਉਹ ਦੱਸੋ ਤੁਸੀਂ ਸਾਨੂੰ ਕਿੰਨੀ ਛੋਟ ਕਰਦੇ ਨੇ ਤੁਹਾਡੀ ਪਿਆਰ ਮੁਹੱਬਤ ਹੈ ਜੀ 5,30,000 ਮੁਨਾਸਿਬ ਰੇਟ ਲਿਆ ਮੈਂ ਰਬੋਤ ਵੇਖ ਲੋ ਕਿ ਜਹਾਨ ਤੂੰ ਉੱਚੀ ਮੱਝ ਮੱਝ ਕੋਲ ਇਸ ਟਾਈਮ ਚੱਡਾ ਜਹਾਨ ਤੂੰ ਮੱਝਾਂ ਤੂੰ ਗਹਿਣਾ ਚੱਡਾ ਹਾਂਜੀ ਕੱਦ ਵੀ ਚੰਗਾ ਹਰ ਗੱਲੋਂ ਠੀਕ ਠਾਕ ਥੱਲੇ ਵੀ ਕੱਟੀ ਹੈ ਹੀਰੇ ਰੰਗੇ ਫੇਰ ਵੀ ਇਹ ਸਾਰੀਆਂ ਗੱਲਾਂ ਸੁਣ ਲਈਆਂ ਨੇ ਦੋਸਤਾਂ ਨੇ ਵੀ ਵੇਖ ਲਈਆਂ ਨੇ ਤੇ ਫਿਰ ਵੀ ਕੁਛ ਮੁਹੱਬਤ 19 ਦੀ ਹੋਰ ਵੀ ਕਰ ਉਹਨੇ ਵੀ ਦਿਨ ਵਾਹ ਵਾਹ ਕਰਵਾ ਬੋਲੋ ਬਾਦੇ ਤੇਰੇ ਕੋਲ ਅਸੀਂ ਟਕਾ ਨਹੀਂ ਚੜਾਉਣਾ ਤੇ ਖੁੱਲੇ ਦਿਲ ਨਾਲ ਨਦੀਮ ਭਾਈ ਮੈਂ ਜਿਹੜਾ ਨਾ ਤੁਹਾਡੇ ਨਾਲ ਗੱਲ ਤਾਂ ਬੜੀ ਪਰਮਾਨੈਂਟ ਕੀਤੀ ਪਰ ਮੋੜ ਵੀ ਤੁਸੀਂ ਵਪਾਰੀਆਂ ਦਾ ਨਾ ਨਹੀਂ ਵਪਾਰੀ ਨਹੀਂ ਨਾ 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 ਵਪਾਰੀ ਨਾ ਅਸੀਂ ਬਣ ਤੇ ਤੇਰੀ ਮਾਈ ਦੀ ਵੀਡੀਓ ਲਾਈਏ ਨਾ ਵਪਾਰੀ ਬਣੇ 5,20,000 ਰੁਪਇਆ ਦੇ ਵਿਆ ਚਾ ਬਾਕੀ ਤੁਹਾਡੇ ਪਿਆਰ ਨੂੰ ਬਾਕੀ 5,20,000 ਰੁਪਇਆ ਦੋਸਤੋ 5,20,000 ਰੁਪਇਆ ਮਾਈ ਦੀ ਡਿਮਾਂਡ ਹੈ ਬਾਕੀ ਇੱਥੇ ਦੋਸਤਾਂ ਨੇ ਇਸ ਮਾਈ ਤੇ ਮੁੱਲ ਦੀ ਆਪ ਸੱਲੀ ਕਰਨੀ ਹੈ ਵੇਖਣੀ ਚਾਖਣੀ ਹਰ ਗੱਲਬਾਤ ਐਡੇ ਵੱਡੇ ਆਉਣੇ ਵਾਲੀਆਂ ਇਹ ਪਾਕ ਵਤਨ ਪੰਜਾਬ ਦੀ ਚੱਡੇ ਦੀ ਚੱਡਾ ਕੱਢੀ ਖੜੀ ਹੈ ਪੱਟਾਂ ਤੋਂ ਹੋਰ ਇਸ ਉੱਤੇ ਮੁਰਕੀ ਕਰੇ ਮਾਸ਼ਾਅੱਲਾ ਮੁੱਲ ਕਰਵਾ ਸਕਦੀ ਹੈ ਸਿਰਫ ਇਹ ਮੁਹੱਬਤਾਂ ਦੋਸਤਾਂ ਨਾਲ ਨੇ ਜਿਹੜੇ ਸਾਡੇ ਤੇ ਇਤਮਾਦ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ 5,20,000 ਰੁਪਇਆ ਡਿਮਾਂਡ ਹੈ ਨੰਬਰ ਸਾਡਾ 0300 ਪੂਰਾ 3392728 ਸਾਨੂੰ ਹੁਣ ਦੀ ਇਜਾਜ਼ਤ ਨਹੀਂ ਔਰ ਅੱਛੀ ਬਿਹਤਰੀਨ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਅੱਲਾਹ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ